ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਕਾਲ ਤਖਤ ਸਾਹਿਬ ਤੋਂ ਇਹੀ ਬੇਨਤੀ ਸੰਗਤ ਨੂੰ ਕਰਨੀ ਚਾਹੁੰਦੀ ਹਾਂ ਕਿ ਉੱਦਣ ਅਸੀਂ ਪੰਜਾਂ ਤਖਤਾਂ ਦੀ ਬੇਨਤੀ ਕੀਤੀ ਸੀ ਸੰਗਤ ਨੂੰ, ਅਪੀਲ ਇਹ ਪੰਜਾਂ ਤਖਤਾਂ ਦੇ ਅਖੰਡ ਪਾਠ ਸਾਹਿਬ ਕਰਾ ਕੇ ਅਰਦਾਸ ਕਰਾਂਗੇ। ਅਤੇ ਅਕਾਲ ਤਖਤ ਸਾਹਿਬ ਸਾਡਾ ਹੋ ਗਿਆ ਸੀ, ਹੁਣ ਸਾਡਾ 19 ਤਰੀਕ ਨੂੰ ਐਤਵਾਰ ਅਕਾਲ ਤਖਤ ਸਾਹਿਬ ਅਤੇ ਅਨੰਦਪੁਰ ਸਾਹਿਬ ਅਰਦਾਸ ਹੋਣੀ ਆ। ਅਤੇ ਜਿੰਨੀ ਵੀ ਸਾਰੀ ਸੰਗਤ ਆ, ਸਾਰੀ ਸੰਗਤ ਨੂੰ ਅਪੀਲ ਆ ਵਿੱਚ ਵੱਧ ਚੜ੍ਹ ਕੇ 19 ਤਰੀਕ ਨੂੰ ਅਨੰਦਪੁਰ ਸਾਹਿਬ ਪਹੁੰਚਣ, ਉੱਥੇ ਦਰਸ਼ਨ ਦੇਣ, ਸਾਰਿਆਂ ਨੂੰ ਖੁੱਲ੍ਹਾ ਸੱਦਾ ਵਾ, ਸਿੱਖ ਜਥੇਬੰਦੀਆਂ ਨੂੰ ਵੀ, ਸਾਰੇ ਜਿੰਨੇ ਵੀ ਮੰਦਰ ਦੇ ਅੰਗ ਜਥੇਬੰਦੀਆਂ ਨੂੰ ਸਾਰਿਆਂ ਨੂੰ ਖੁੱਲ੍ਹਾ ਸੱਦਾ ਵੀ ਵੱਧ ਚੜ੍ਹ ਕੇ, ਇਹ ਪੰਥ ਦਾ ਕੰਮ ਆ ਅਤੇ ਜਿੰਨਾ ਵੀ ਵੱਧ ਚੜ੍ਹ ਕੇ ਉੱਥੇ ਸੰਗਤਾਂ ਪਹੁੰਚ ਸਕਦੀਆਂ ਪਹੁੰਚਣ। ਨਹੀਂ ਕੁਛ ਹੁਣ ਠੀਕ ਆ, ਹੁਣ ਸਹੀ ਆ, ਉਦੋਂ ਥੋੜ੍ਹਾ ਜਿਹੀ ਹੋਈ ਸੀ ਪ੍ਰੋਬਲਮ, ਹੁਣ ਸਹੀ ਆ। ਕਹਿੰਦੇ ਸੀ ਮਿਲਦਾ ਸਮਾਂ ਨਹੀਂ ਦਿੱਤਾ ਜਾ ਰਿਹਾ, ਤੁਸੀਂ ਦੋ ਮਿਲਦੇ ਜਿਹੜੇ? ਨਹੀਂ ਨਹੀਂ ਹੁਣ ਠੀਕ ਆ ਜੀ, ਆਏ 20 ਦਿਨ ਹੋ ਗਏ ਮੁਲਾਕਾਤ ਕਰਕੇ, ਹੁਣ ਠੀਕ ਠਾਕ ਆ। ਹੁਣ ਬਸ ਇਹ ਸਾਰੀਆਂ ਸੰਗਤਾਂ ਨੂੰ ਵੱਧ ਚੜ੍ਹ ਕੇ ਅਪੀਲ ਆ ਵੀ ਖੁੱਲ੍ਹਾ, ਇੱਕ ਮੀਡੀਆ ਨੂੰ ਵੀ ਖੁੱਲ੍ਹਾ ਸੱਦਾ ਵਾ ਵੀ ਅਨੰਦਪੁਰ ਸਾਹਿਬ 19 ਤਰੀਕ ਨੂੰ ਜਿੰਨੇ ਵੱਧ ਤੋਂ ਵੱਧ ਪਹੁੰਚ ਸਕਦੇ ਪਹੁੰਚੋ, ਅਤੇ ਸੰਗਤ ਨੂੰ ਵੀ ਖੁੱਲ੍ਹਾ ਸੱਦਾ ਵਾ ਵੀ ਅਨੰਦਪੁਰ ਸਾਹਿਬ ਪਹੁੰਚੋ ਵੀ। ਬਾਕੀ ਹੋਰ ਇਹ ਹੀ ਆ ਸਾਨੂੰ ਕਿ ਉੱਥੇ 19 ਤਰੀਕ ਨੂੰ ਅੰਮ੍ਰਿਤ ਸੰਚਾਰ ਵੀ ਕਰਾਇਆ ਜਾਊਗਾ। ਨੌਜਵਾਨਾਂ ਨੂੰ ਮੇਰੀ ਖਾਸ ਕਰਕੇ ਅਪੀਲ ਆ ਵੀ ਜਿੰਨੇ ਵੀ ਵੱਧ ਚੜ੍ਹ ਕੇ ਨੌਜਵਾਨ ਆ, ਭਾਈ ਸਾਹਿਬ ਨੇ ਰੋਡੇ ਗ੍ਰਿਫਤਾਰੀ ਦੇਣ ਤੋਂ ਪਹਿਲਾਂ ਇਹ ਕੀਤਾ ਸੀ ਬਚਨ ਬਲਾਸ ਕਿ ਅੰਮ੍ਰਿਤ ਦੀ ਸੰਚਾਰ ਅੰਮ੍ਰਿਤ ਲਹਿਰ ਬੰਦ ਨਹੀਂ ਹੋਣੀ ਚਾਹੀਦੀ, ਕਿਉਂਕਿ ਅੰਮ੍ਰਿਤ ਲਹਿਰ ਹੀ ਸਰਕਾਰਾਂ ਨੂੰ ਹਰਾ ਸਕਦੀ ਆ। ਇਸ ਕਰਕੇ ਮੇਰੀ ਨੌਜਵਾਨਾਂ ਨੂੰ ਖਾਸ ਕਰਕੇ ਅਪੀਲ ਆ ਕਿ ਉੱਥੇ ਅੰਮ੍ਰਿਤ ਸੰਚਾਰ ਹੋਊਗਾ ਅਤੇ ਸਾਰੇ ਕਕਾਰ ਪਰਿਵਾਰ ਵੱਲੋਂ ਫ੍ਰੀ ਦਿੱਤੇ ਜਾਣਗੇ, ਜਿੰਨੇ ਵੀ ਵੱਧ ਚੜ੍ਹ ਕੇ ਸੰਗਤਾਂ ਅੰਮ੍ਰਿਤ ਛਕਣਗੀਆਂ ਉੱਥੇ, ਅਤੇ ਉਹਨਾਂ ਦੇ ਬਹੁਤ ਧੰਨਵਾਦੀ ਹੋਵਾਂਗੇ, ਗੁਰੂ ਵਾਲੇ ਬਣਨਗੀਆਂ, ਜਾਗਰੂਕ ਹੋਣਗੀਆਂ, ਤਾਂ ਹੀ ਸਰਕਾਰਾਂ ਨੂੰ ਪਤਾ ਲੱਗੂ ਕਿ ਸਿੱਖ ਨੌਜਵਾਨਾਂ 'ਚ ਜਾਗਰੂਕਤਾ ਆ ਰਹੀ ਹੈ। ਉਹ ਹੀ ਹੈ ਨਾ ਸਰਕਾਰ ਨੂੰ, ਕਿਉਂਕਿ ਉਹਨਾਂ ਗ੍ਰਿਫਤਾਰੀ ਦੇਣ ਤੋਂ ਪਹਿਲੇ ਦੱਸਿਆ ਸੀ ਕਿ ਅੰਮ੍ਰਿਤ ਸੰਚਾਰ ਦੀ ਲਹਿਰ ਬੰਦ ਨਹੀਂ ਹੋਣੀ ਚਾਹੀਦੀ, ਜਿੰਨਾ ਤੱਕ ਉਹ ਬਾਹਰ ਨਹੀਂ ਆਉਂਦੇ ਅੰਮ੍ਰਿਤ ਸੰਚਾਰ ਦੀ ਲਹਿਰ ਜਾਰੀ ਹੋਣੀ ਚਾਹੀਦੀ ਹੈ। ਜਿੱਥੇ ਵੀ ਅਸੀਂ ਮਤਲਬ ਭੋਗ ਪਾਵਾਂਗੇ ਜਿਹੜੇ ਵੀ ਤਖ਼ਤ 'ਤੇ, ਉੱਥੇ ਹੀ ਅੰਮ੍ਰਿਤ ਸੰਚਾਰ ਕਰਾਇਆ ਜਾਊਗਾ, ਇਹ ਹੀ ਉਹਨਾਂ ਦੀ ਅਪੀਲ ਸੀ ਅਤੇ ਉਹਦੇ 'ਤੇ ਹੀ ਅਸੀਂ ਉਸੇ ਰਾਹ 'ਤੇ ਚੱਲਣ ਡਏ ਹਾਂ। ਬੀਤੇ ਦਿਨਾਂ ਦੇ ਵਿੱਚ ਇੱਕ ਹੀਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਕਈਆਂ ਜਥੇਬੰਦੀਆਂ ਨੂੰ ਨਜ਼ਰਬੰਦ ਕੀਤਾ ਗਿਆ ਸੀ, ਉਹਨਾਂ ਦੇ ਘਰਾਂ ਦੇ ਬਾਹਰ ਪਹਿਲਾਂ ਹੀ ਫੋਰਸ ਖੜੀ ਕਰ ਦਿੱਤੀ ਗਈ। ਹਾਂਜੀ, ਕਿਉਂਕਿ ਵੀਰ ਤੋਂ ਤਾਂ ਸਰਕਾਰਾਂ ਚੱਲਦੀਆਂ ਵਾ, ਵੀਰ ਦਾ ਨਾਂ ਲੈਣ ਤੋਂ ਹੀ ਉਹ ਡਰਦੀਆਂ ਵਾ, ਇਸ ਕਰਕੇ ਉਹਨਾਂ ਨੂੰ ਜਥੇਬੰਦੀ ਹੁਣ ਇਹ ਹੀ ਫੈਸਲਾ ਲਿਆ ਕਿ ਅਸੀਂ ਪੰਜਾਂ ਤਖਤਾਂ 'ਤੇ ਅਰਦਾਸ ਬੇਨਤੀ ਕਰਾਂਗੇ, ਬਾਅਦ 'ਚ ਫਿਰ ਭਾਈ ਸਾਹਿਬ ਆਉਣਗੇ, ਫਿਰ ਜੋ ਉਹਨਾਂ ਦਾ ਫੈਸਲਾ ਹੋਊਗਾ ਫਿਰ। ਸੰਗਤ ਨੂੰ ਇਹੀ ਅਪੀਲ ਆ ਕਿ 19 ਤਰੀਕ ਨੂੰ ਵੱਧ ਚੜ੍ਹ ਕੇ ਅਨੰਦਪੁਰ ਸਾਹਿਬ ਪਹੁੰਚੋ, 19 ਤਰੀਕ ਨੂੰ ਵੱਧ ਚੜ੍ਹ ਕੇ ਅਨੰਦਪੁਰ ਸਾਹਿਬ ਪਹੁੰਚੋ, ਸਾਰੇ ਮੀਡੀਆ ਨੂੰ ਵੀ ਖੁੱਲ੍ਹਾ ਸੱਦਾ ਵਾ ਵੀ ਉੱਥੇ ਕਾਨਫਰੰਸ ਹੋਣੀ ਆ, ਅਨੰਦਪੁਰ ਸਾਹਿਬ ਪਹੁੰਚੇ ਸਾਰਾ ਮੀਡੀਆ ਵੀ। ਨਹੀਂ ਮਿਲੇ ਸਿੰਘ ਸਾਹਿਬ ਸਾਨੂੰ ਮਿਲੇ ਨਹੀਂ, ਉਹ ਕਿਤੇ ਚਲੇ ਗਏ ਸੀ ਪਹਿਲਾਂ। ਨਹੀਂ ਅਜੇ ਨਹੀਂ ਮਿਲੇ ਸਾਨੂੰ, ਸਿੰਘ ਸਾਹਿਬ ਨਹੀਂ ਮਿਲੇ।